ਅੰਮ੍ਰਿਤਾ ਪ੍ਰੀਤਮ ਹੋਰਾਂ ਵੱਲੋਂ ਦਿੱਤੇ ਗਏ ਬਖਸ਼ੇ ਗਏ ਸਨਾਮ ਅਮੀਆਂ ਕੁੰਵਰ ਜਿਹੜੇ ਕਿ ਅੱਜ ਸਾਡੇ ਨਾਲ ਹਾਜ਼ਰ ਨੇ ਆਪਣੀਆਂ ਨਜ਼ਮਾਂ ਲੈ ਕੇ ਆਪਣੀ ਯਾਦਾਂ ਲੈ ਕੇ ਆਪਣੇ ਨਾਲ ਹੋਏ ਵਰਤਾਰੇ ਲੈ ਕੇ ਸਮਾਜ ਦੀ ਗਾਥਾ ਲੈ ਕੇ ਇਹਨਾਂ ਨੇ ਹੁਣ ਤੱਕ ਸਾਹਿਤ ਦੇ ਵਿੱਚ ਜਿਹੜੀਆਂ ਪੰਜਾਬੀ ਦੇ ਕਾਵਿ ਸੰਗ੍ਰਹਿ ਪੰਜਾਬੀ ਦੇ ਵਿੱਚ ਲਿਖੇ ਨੇ ਛਿਣਾਂ ਦੀ ਗਾਥਾ ਕਵੀਓ ਵਾਚ ਧੰਮੀ ਵੇਲਾ ਢਾਈ ਅੱਖਰ ਇਹ ਕਾਵਿ ਸੰਗ੍ਰਹਿ ਇਹਨਾਂ ਦੇ ਆਏ ਨੇ ਬਹੁਤ ਸਾਰੇ ਦੋਸਤਾਂ ਨੇ ਪੜ੍ਹੇ ਹੋਣਗੇ ਬਹੁਤ ਸਾਰੇ ਦੋਸਤ ਇਹਨਾਂ ਤੋਂ ਹੁਣ ਪੜ੍ਹਨ ਲਈ ਕੇ ਜਾਣਗੇ ਸੋ ਮੈਂ ਅਮੀਆਂ ਕੁੰਵਰ ਜੀ ਨੂੰ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਆਪਣੀ ਇੱਕ ਨਜ਼ਮ ਤੋਂ ਜਾਂ ਆਪਣੀ ਕਿਸੇ ਗਜ਼ਲ ਤੋਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਅਤੇ ਉਸ ਤੋਂ ਪਿੱਛੋਂ ਆਪਣੀਆਂ ਸਿਮਰਤੀਆਂ ਦੇ ਵਿੱਚ ਜਾ ਕੇ ਉਤਰਨ ਅਮੀਆਂ ਕੁੰਵਰ ਜੀ ਪਹਿਲੇ ਤਾਂ ਮੇਰੇ ਕੁਛ ਹਿੰਦੀ ਦੋਸਤ ਸਨ ਉਹਨਾਂ 'ਚ ਹੀ ਲਿਖਤੀ ਸੀ ਦੇਵਨਾਗਰੀ 'ਚ ਪਹਿਲਾ ਸੰਗ੍ਰਹਿ ਮੇਰਾ ਉਹਦੇ 'ਚ ਆਇਆ ਸੀ ਸਮੇਂ ਗਵਾਈ ਦੇਗਾ ਅਤੇ ਮੈਂ ਮਤਲਬ ਅੰਮ੍ਰਿਤਾ ਜੀ ਨੂੰ ਐਜ਼ ਏ ਫੈਨ ਤਾਂ ਮਿਲੀ ਸੀ ਸਕੂਲ ਟਾਈਮ ਵਿੱਚ ਹੀ ਉਸ ਤੋਂ ਬਾਅਦ ਇੱਕ ਦੋ ਮਹਿਫਲਾਂ ਦੇਖਿਆ ਪਰ ਹਿੰਮਤ ਨਹੀਂ ਪਈ ਅਤੇ ਕਦੀ ਸੋਚਿਆ ਵੀ ਨਹੀਂ ਸੀ ਅੰਮ੍ਰਿਤਾ ਜੀ ਦੇ ਨੇੜੇ ਜਾਵਾਂਗੀ ਫੈਨ ਮੈਂ ਸ਼ੁਰੂ ਤੋਂ ਸਾਂ ਉਹਨਾਂ ਦੀ ਸਗੋਂ ਦਿੱਲੀ ਯੂਨੀਵਰਸਿਟੀ ਇੱਕ ਮਜ਼ਾਕ ਬਣਿਆ ਹੋਇਆ ਸੀਗਾ ਕਿ ਮੇਰੇ ਕੋਲੋਂ ਲੰਘ ਜਾਣਾ ਅਤੇ ਡਾਕਟਰ ਨੂਰ ਵਗੈਰਾ ਨੇ ਕਹਿਣਾ ਉਹ ਚੁੱਪ ਕਰ ਜਾਓ ਅੰਮ੍ਰਿਤਾ ਦੀ ਚੇਲੀ ਆ ਗਈ ਜਦਕਿ ਮੈਂ ਉਹਨਾਂ ਨੂੰ ਕਦੀ ਮਿਲੀ ਨਹੀਂ ਸੀ ਗੱਲ ਨਾ ਕਰਨਾ ਸਾਡੇ ਮਤਲਬ ਸਭ ਜਗ੍ਹਾ ਸਿਆਸਤ ਚੱਲਦੀ ਹੈ ਐਜੂਕੇਸ਼ਨ ਵਿੱਚ ਵੀ ਚੱਲਦੀ ਸਾਨੂੰ ਚਾਰ ਕਵੀ ਲੱਗੇ ਹੋਏ ਸੀ ਡਾਕਟਰ ਹਰਭਜਨ ਸਿੰਘ ਸ਼ਿਵ ਕੁਮਾਰ ਬਟਾਲਵੀ ਅੰਮ੍ਰਿਤਾ ਪ੍ਰੀਤਮ ਅਤੇ ਪੂਰਨ ਸਿੰਘ ਲਾਏ ਚਾਰੋ ਹੋਏ ਸੀ ਤੁਹਾਨੂੰ ਆਪਸ਼ਨ ਹੈ ਤੁਸੀਂ ਕੋਈ ਵੀ ਅਟੈਂਪਟ ਕਰ ਸਕਦੇ ਪਰ ਨਾਲ ਹੀ ਹਲਕੇ ਜਿਹੇ ਕੰਨ 'ਚ ਪਾ ਦਿੱਤਾ ਜਾਂਦਾ ਸੀ ਜੇ ਤੁਸੀਂ ਸ਼ਿਵ ਅਤੇ ਅੰਮ੍ਰਿਤਾ ਨੂੰ ਲਿਖਿਆ ਨਾ ਤੁਹਾਨੂੰ ਫਸਟ ਕਲਾਸ ਨਹੀਂ ਮਿਲੇਗੀ ਹਰਭਜਨ ਸਿੰਘ ਅਤੇ ਪੂਰਨ 'ਤੇ ਲਿਖੋ ਪਰ ਮੈਂ ਐਸੀ ਢੀਠ ਸੀ ਲਿਖਦੀ ਉਹਨਾਂ ਦੋਨਾਂ 'ਤੇ ਸੀ ਸੋ ਆਪਣੇ ਅਤੇ ਇਸ ਲਈ ਇਹ ਪਤਾ ਵੀ ਚੱਲ ਗਿਆ ਸੀ ਅਤੇ ਮੈਂ ਉਹਨਾਂ ਨੂੰ ਅਸਲੀ ਨੇੜੇ ਉਹਨਾਂ ਦੇ ਹੋਈ ਜਦੋਂ ਮੇਰਾ 84 ਵਿੱਚ ਵਿਆਹ ਹੋਇਆ ਅਤੇ ਮੈਂ ਹੋਸ ਖਾਸ ਇੱਕ ਪਾਸੇ ਮੇਰਾ ਘਰ ਦੂਜੇ ਕੋਨੇ ਅੰਮ੍ਰਿਤਾ ਜੀ ਦਾ ਅਤੇ ਮੈਨੂੰ ਨਹੀਂ ਪਤਾ ਉਹਨਾਂ ਨੇ ਉਹਨਾਂ ਨੂੰ ਕਿੰਨੇ ਦੱਸ ਪਾਏ ਸ਼ਾਇਦ ਜੋ ਮੈਂ ਅੰਦਾਜ਼ਾ ਲਾ ਸਕਦੀ ਹਾਂ ਕਿ ਇੱਕ ਵਾਰੀ ਮਾਰਕੀਟ ਘੁੰਮਦੇ ਹੋਏ ਮੈਨੂੰ ਦੇਵ ਮਿਲ ਗਏ ਅਤੇ ਨਾਲ ਇਮਰੋਜ ਸੀ ਅਤੇ ਮੇਰੇ ਘਰ ਵੀ ਆ ਗਏ ਪਿੱਛੋਂ ਵੀ ਇਮਰੋਜ ਇੱਕ ਦੋ ਵਾਰੀ ਮੇਰੇ ਘਰ ਆਏ ਸ਼ਾਇਦ ਦੇਵ ਨੇ ਕਿਹਾ ਮੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਹੋਈ ਦੇਵ ਦੀ ਵਾਈਫ ਮੇਰੀ ਬਹੁਤ ਅੱਛੀ ਦੋਸਤ ਹੁੰਦੀ ਸੀ ਅਤੇ ਥੋੜ੍ਹੇ ਦਿਨਾਂ ਬਾਅਦ ਅੰਮ੍ਰਿਤਾ ਜੀ ਦਾ ਫੋਨ ਆਇਆ ਕਿ ਅਮਰਜੀਤ ਬੋਲਿਓ ਮੈਂ ਕਿਹਾ ਹਾਂਜੀ ਕਹਿੰਦੇ ਨੇ ਮੈਨੂੰ ਪਤਾ ਚੱਲਿਆ ਤੁਸੀਂ ਹਿੰਦੀ ਪੰਜਾਬੀ ਦੋਨਾਂ 'ਚ ਇੱਕੋ ਜਿਹਾ ਤੁਹਾਡਾ ਹੈ ਮੁਹਾਰਤ ਅਤੇ ਮੈਨੂੰ ਨਾ ਪਰਸਨਲ ਟਰਾਂਸਲੇਟਰ ਦੀ ਲੋੜ ਹੈ ਅੱਛਾ ਮੈਂ ਇਹੀ ਸੋਚਿਆ ਕਹਿੰਦੇ ਮੈਂ ਕਿਹਾ ਕੌਣ ਕਹਿੰਦੇ ਮੈਂ ਅੰਮ੍ਰਿਤਾ ਪ੍ਰੀਤਮ ਬੋਲੀ ਹਾਂ ਆਪਣਾ ਘਰ ਦੱਸਣ ਲੱਗੀ ਮੈਂ ਕਿਹਾ ਨਹੀਂ ਮੈਨੂੰ ਪਤਾ ਮੈਂ ਰੋਜ਼ ਸੈਰ ਕਰਦੀ ਮੈਂ ਨਹੀਂ ਪਹਿਲੀ ਮੁਲਾਕਾਤ ਦਾ ਜ਼ਿਕਰ ਕੀਤਾ ਬਚਕਾਨੀ ਜੀ 8ਵੀਂ 9ਵੀਂ 'ਚ ਐਵੇਂ ਕਾਲਾ ਗੁਲਾਬ ਪੜੀ ਸੀ ਅਤੇ ਚਲੀ ਗਈ ਸਾਂ ਮੈਂ ਸੈਰ ਕਰਦੇ ਉਹਨਾਂ ਦੇ ਘਰ ਦੇ ਕੋਲੋਂ ਬਹੁਤ ਵਾਰ ਲੰਘਦੀ ਸੀ ਇੱਕ ਦੋ ਵਾਰੀ ਦੇਵ ਦੀ ਵਾਈਫ ਦਾ ਮੈਸੇਜ ਲੈ ਕੇ ਵੀ ਗਈ ਸੀ ਉਹ ਕੰਦਲਾਂ ਨੂੰ ਦਿੱਤਾ ਸੀ ਅਤੇ ਮੈਂ ਉਦੋਂ ਸਕੂਲ ਪੜ੍ਹਾਉਂਦੀ ਸਾਂ ਮੈਂ ਸਕੂਲ ਜਾ ਕੇ ਆਪਣੀ ਦੋਸਤ ਨੂੰ ਕਿਹਾ ਲੱਗਦਾ ਅੱਜ ਕੋਈ ਮੈਨੂੰ ਮੂਰਖ ਬਣਾ ਗਿਆ ਜਿਹਨੂੰ ਪਤਾ ਚੱਲਿਆ ਮੈਂ ਅੰਮ੍ਰਿਤਾ ਦੀ ਫੈਨ ਹਾਂ ਕਹਿੰਦੀ ਨਹੀਂ ਤੂੰ ਇੱਕ ਵਾਰ ਤੂੰ ਜਾ ਬਸ ਉਹ 89 ਵਿੱਚ ਗਈ ਅਤੇ ਉਹ ਫਿਰ ਸਿਲਸਿਲਾ ਅਤੇ ਉਹਨਾਂ ਦੇ ਅੰਤ ਤੱਕ ਹੀ ਉਸ ਤੋਂ ਬਾਅਦ ਵੀ ਉਹਨਾਂ ਦੀ ਫੈਮਿਲੀ ਤੱਕ ਤੁਰਿਆ ਆ ਰਿਹਾ ਗੱਲ ਇਹ ਵੇ ਕਿ ਮੇਰਾ ਅਸਲੀ ਨਾਂ ਤਾਂ ਅਮਰਜੀਤ ਹੀ ਹੈ ਉਸੀ ਨਾਂ ਨਾਲ ਹੀ ਮੈਂ ਸ਼ੁਰੂ 'ਚ ਬਚਕਾਂ ਜੋ ਵੀ ਕਵਿਤਾਵਾਂ ਲਿਖੀਆਂ ਲੇਖ ਲਿਖੇ ਅਮਰਜੀਤ ਭਸੀਨ ਦੇ ਨਾਮ 'ਤੇ ਲਿਖਦੀ ਰਹੀ ਮੇਰੇ ਦੋਸਤ ਸਾਰਿਆਂ ਦੇ ਪਿਆਰ ਮੁਹੱਬਤ ਨਾਲ ਛੋਟੇ ਛੋਟੇ ਨਾਮ ਪਏ ਹੁੰਦੇ ਨੇ ਕੋਈ ਅੰਮੂ ਕਹਿੰਦਾ ਸੀ ਕੋਈ ਅਮਰੂ ਕੋਈ ਅਮੀਆਂ ਇੱਕ ਮੇਰੀ ਦੋਸਤ ਹਲੇ ਵੀ ਮੇਰੇ ਨਾਲ ਕੰਮ ਕਰਦੀ ਉਹ ਮੈਨੂੰ ਅਮੀਆਂ ਕਹਿੰਦੀ ਹੁੰਦੀ ਸੀ ਵਿਆਹ ਤੋਂ ਬਾਅਦ ਨਾ ਹਸਬੈਂਡ ਨੂੰ ਇਹ ਨਾਮ ਪਸੰਦ ਆਇਆ ਸ਼ੁਰੂ ਸ਼ੁਰੂ ਜ਼ਿਆਦਾ ਵੀ ਹੁੰਦਾ ਨਾ ਅਤੇ ਉਹ ਅਮੀਆਂ ਕਹਿ ਕੇ ਬੁਲਾਉਣ ਲੱਗ ਪਏ ਇੱਕ ਦਿਨ ਅੰਮ੍ਰਿਤਾ ਜੀ ਦੇ ਘਰ ਆਈ ਲਾਇਬ੍ਰੇਰੀ 'ਚ ਉਹਨਾਂ ਦਾ ਮੈਂ ਟਰਾਂਸਲੇਸ਼ਨ ਦਾ ਕੰਮ ਕਰ ਰਹੀ ਸੀ ਅਤੇ ਹਸਬੈਂਡ ਦਾ ਫੋਨ ਗਿਆ ਅਤੇ ਕਹਿੰਦੇ ਤੁਹਾਡੇ ਵੱਲ ਅਮੀਆਂ ਆਈ ਹੋਏਗੀ ਬੁਲਾ ਦੇਣਾ
ਅਮ੍ਰਿਤਾ ਜੀ ਕਹਿੰਦੇ ਨੇ ਇੱਥੇ ਤਾਂ ਕੋਈ ਅੰਮੀਆਂ ਨਹੀਂ ਆਈ। ਹਸਬੈਂਡ 2 ਮਿੰਟ ਚੁੱਪ ਹੋਏ, ਕਹਿੰਦੇ ਅੱਛਾ ਘਰ 'ਤੇ ਹੀ ਉਹ ਕਹਿ ਕੇ ਗਈ, ਤੁਹਾਡੇ ਘਰ ਗਈ ਹੈ। ਅਮ੍ਰਿਤਾ ਜੀ ਕਹਿੰਦੇ ਇੱਕ ਮਿੰਟ ਠਹਿਰ, ਫਿਰ ਮੇਰੇ ਕੋਲ ਆਏ, ਤੈਨੂੰ ਕਿਸੇ ਹੋਰ ਨਾਲ ਬੁਲਾਉਂਦੇ। ਮੈਂ ਕਿਹਾ ਕਿਉਂ ਕੀ ਹੋਇਆ? ਕਹਿੰਦੇ ਕੋਈ ਕਿਸੇ ਅੰਮੀਆਂ ਨੂੰ ਪੁੱਛ ਰਿਹਾ। ਮੈਂ ਕਿਹਾ ਮੇਰਾ ਹੀ ਨਾਂ ਹੈ। ਉਦੋਂ ਤੁਰਦੇ ਫਿਰਦੇ ਸੀ ਗਏ, ਉਦੋਂ ਕਹਿੰਦੇ ਨੇ ਅੰਮੀਆਂ ਨਾਮ ਇੰਨਾ ਸੁਣਿਆ, ਅਮਰਜੀਤ ਤਾਂ ਸਾਡੇ ਸਾਹਿਤਿਕ 22 ਹੈਗੇ ਨੇ, ਤੂੰ ਗੁਆਚ ਜਾਏਂਗੀ, ਅਮਰਜੀਤ ਗੋਰਕੀ, ਅਮਰਜੀਤ ਕਸਕ, ਅਮਰਜੀਤ ਸਾਥੀ, ਅਤੇ ਤੂੰ ਅੰਮੀਆਂ ਦੇ ਨਾਮ ਨਾਲ ਲਿਖ। ਪਰ ਅੰਮੀਆਂ ਬੜਾ ਛੋਟਾ, ਇਹਦੇ ਨਾਲ ਕੋਰ ਜੱਚਦਾ ਨਹੀਂ। ਅਤੇ ਫਿਰ ਉਹ ਮਹਾਨ ਕੋਸ਼ ਲਿਆਏ ਭਾਈ ਕਾਨ ਸਿੰਘ ਨਾਭਾ ਦਾ, ਕਹਿੰਦੇ ਨੇ ਦੇਖਿਆ ਜਿਹੜਾ ਕੋਰ ਹੈ ਨਾ ਕੁੰਵਰ ਤੋਂ ਹੀ ਨਿਕਲਿਆ। ਅਤੇ 92 'ਚ ਉਹਨਾਂ ਨੇ ਮੇਰਾ 10 ਕਦਮ ਪਹਿਲਾ ਆਰਟੀਕਲ ਅੰਮੀਆਂ ਕੁੰਵਰ ਦੇ ਨਾਮ 'ਤੇ ਪਾਇਆ। ਬਸ ਉਸ ਤੋਂ ਬਾਅਦ ਮੈਂ ਇਸੀ ਨਾਂ ਦੀ ਜਾਣੀਗੀ। ਸੋ ਮੇਰੇ ਖਿਆਲ ਕਵੀ ਹਰ ਇੱਕ ਦੇ ਅੰਦਰ ਹੁੰਦਾ, ਸਿਰਫ ਹਾਲਾਤ ਅਤੇ ਉਹ ਕੋਈ ਘਟਨਾ ਐਸੀ ਹੋਏ ਜਿਹੜਾ ਉਹਦਾ ਅੰਦਰਲਾ ਬਾਹਰ ਲਿਆਏ। ਮੈਂ ਸੋਚਦੀ ਹਾਂ ਹਰ ਬੰਦਾ ਕਦੀ ਨਾ ਕਦੀ ਕਵੀ ਜ਼ਰੂਰ ਹੁੰਦਾ। ਮੈਨੂੰ ਨਾ ਬਚਪਨ ਹੀ, ਮੈਂ ਬਹੁਤ ਜ਼ਿਆਦਾ ਕਾਲੀ ਸਾਂ, ਮੇਰੇ ਘਰ 'ਤੇ ਮਜ਼ਾਕ ਉਡਾਉਂਦੇ ਸੀ ਤਵੇ ਦਾ ਪੁੱਠਾ ਪਾਸਾ। ਅਤੇ ਮੇਰੇ ਇੱਕ ਮਾਸੜ ਮਜ਼ਾਕ ਕਰਦਾ ਸੀ, ਤੂੰ ਬੜੇ ਚੰਗੇ ਵੇਲੇ ਰੰਗ ਪੱਕੇ ਕਰਾਏ, ਅੱਜ ਕੱਲ੍ਹ ਪੱਕੇ ਰੰਗ ਨਹੀਂ ਮਿਲਦੇ। ਇੱਕ ਮੇਰਾ ਮਾਸੜ ਮਜ਼ਾਕ ਕਰਦਾ ਸੀ। ਔਰ ਇਸ ਚੀਜ਼ ਨੇ ਨਾ ਮੇਰੇ ਘਰ ਦੇ ਸਾਰੇ ਬੜੇ ਗੋਰੇ ਚਿੱਟੇ, ਅਤੇ ਮੇਰਾ ਹਾਲਾਂਕਿ ਹੋਰ ਸਭ ਘਰ ਪੈਦਾ ਹੋਏ ਸੀ, ਅਤੇ ਮੈਂ ਦੇਹਰਾਦੂਨ ਅਤੇ ਮਸੂਰੀ ਦੇ ਵਿਚਕਾਰ ਜਿਹੜਾ ਆਰਮੀ ਹੋਸਪਿਟਲ ਹੈ ਨਾ, ਉੱਥੇ ਦੀ ਮੇਰੀ ਪੈਦਾਇਸ਼ ਹੈ। ਮੇਰੇ ਫਾਦਰ ਆਰਮੀ ਸਨ, ਅਤੇ ਮੇਰੇ ਤੋਂ ਕੁਛ ਚਿਰ ਪਹਿਲੇ ਮੇਰੇ ਨਾਨੇ ਦੀ ਯੰਗ ਏਜ ਦੀ ਡੈਥ ਹੋਈ ਸੀ, ਅਤੇ ਮੇਰੀ ਮਦਰ ਬੜਾ ਚਿਰ ਸਰਟੀਫਿਕੇਟ ਨਹੀਂ ਲਿਆ ਸਕੀ। ਅਤੇ ਉਦੋਂ ਇਹ ਫੈਲਾਇਆ ਗਿਆ ਕਿ ਦੁਖੀ ਸੀ ਨਾ ਮਾਂ, ਅਤੇ ਬੱਚਾ ਬਦਲਿਆ ਗਿਆ। ਅਤੇ ਉਹ ਬਸ ਇਹੀ ਕਹਿੰਦੇ ਰਹੇ ਕਿ ਤੇਰੀ, ਮੇਰੀ ਮਾਂ ਦੀ ਇੱਕ ਮਾਸੀ ਆਉਂਦੀ ਸੀ, ਮੈਂ ਉਹਦੀ ਸ਼ਕਲ ਨਹੀਂ ਦੇਖਦੀ ਸੀ, ਬੂਹੇ ਪਿੱਛੇ ਲੁਕ ਜਾਂਦੀ ਸੀ, ਆਉਂਦੀ ਕਹਿੰਦੀ ਸੀ ਰਾਣੀ ਤੇਰੀ ਧੀ ਬਦਲੀ ਗਈ, ਮੁੰਡਾ ਸੀ ਤਾਂ ਕਿੱਥੇ ਕਿਤੇ। ਉਹ ਬਚਪਨ ਦੀ ਉਹ ਛੋਟੀ ਛੋਟੀ ਤੁਕਬੰਦੀਆਂ ਵਾਲੇ ਅਹਿਸਾਸ ਹੁੰਦੇ ਸੀ, ਜਦੋਂ ਲੱਗਦਾ ਸੀ ਨਾ ਹਾਏ ਕੋਈ ਜ਼ਰਾ ਜਿਹਾ ਕੁਛ ਕੇ ਅੰਦਰੋਂ ਕਚੋੜ ਜਾਂਦਾ ਸੀ, ਅਤੇ ਉਹ ਬੜੀ ਤੁਕਬੰਦੀਆਂ ਜਿਹੀਆਂ ਲਿਖੀਆਂ ਸੀ, ਮੁਝੇ ਜਿਸਨੇ ਜਨਮ ਦਿਆ ਉਸਨੇ ਕਿਉਂ ਨਾ ਪਾਲਾ, ਮੈਂ ਇੱਕ ਲੜਕੀ ਥੀ ਜਾਂ ਮੇਰਾ ਰੰਗ ਥਾ ਕਾਲਾ, ਫਿਰ ਕਿਉਂ ਮੁਝੇ ਭਾਵੁਕ ਬਣਾਇਆ, ਕਿਉਂ ਸਾ ਸਾਥ ਦੀਏ, ਇਸ ਤਰ੍ਹਾਂ ਦੀ ਕਈ ਲਿਖੀਆਂ ਸਨ। ਲੇਕਿਨ 8ਵੀਂ 9ਵੀਂ 'ਚ ਨਾ ਮੇਰੇ ਫਾਦਰ ਵੀ ਥੋੜ੍ਹਾ ਬਹੁਤ ਲਿਖਦੇ ਸੀ, ਅਤੇ ਸਾਧੂ ਸਿੰਘ ਹਮਦਰਦ ਨਾ ਇੱਕ ਟੁਕੜੀ ਦਿੰਦੇ ਸੀ ਜਿਹੜੇ ਇੰਝ ਲਿਖੋ ਉਹਨੂੰ ਪੂਰਾ ਕਰੋ, ਹਾਂ ਮਿਸਰਾ ਦਿੰਦੇ ਸੀ, ਤੈਨੂੰ ਵਾਅਦਾ ਯਾਦ ਨਹੀਂ, ਉਹਨਾਂ ਦਾ ਉੱਥੇ ਛੱਪਿਆ। ਅਤੇ ਰਿਸੋ ਰਿਸ ਮੈਂ ਲਿਖਿਆ, ਕੋਈ ਸਾਹਮਣੇ ਇੱਕ ਲੜਕੀ ਸੀ ਜਿਹੜੀ ਕਾਫੀ ਸਾਲ ਤੋਂ ਘਰ ਬੈਠੀ ਹੋਈ ਸੀ, ਅਤੇ ਬਸ ਫਿਰ ਉਹ ਸ਼ੁਰੂ ਸ਼ੁਰੂ ਦਾ ਤੇ ਦੌਰ ਸੀ, ਫਿਰ ਲਿਖਦੇ ਗਏ। ਫਿਰ ਹਾਂ ਮੁਹੱਬਤ 'ਤੇ ਵੀ ਬੜਾ ਕੁਛ ਲਿਖਿਆ, ਕੁਦਰਤ 'ਤੇ ਵੀ ਲਿਖਿਆ, ਅਤੇ ਜ਼ਿਆਦਾ ਅਸਲੀ ਉੱਥੋਂ ਹੀ ਲਿਖਣਾ ਸ਼ੁਰੂ ਹੋਇਆ ਮੇਰਾ, ਕਿ ਜਦੋਂ ਮੈਂ MA ਪੰਜਾਬੀ 'ਚ ਆਈ। ਅਸੀਂ ਹੁਣ ਤਾਂ ਬੱਚਿਆਂ ਦੀ ਉਹ ਖੇਡਾਂ ਹੀ ਨਹੀਂ ਰਹੀਆਂ, ਆਊਟਡੋਰ ਗੇਮਸ ਹੀ ਹਟ ਗਈਆਂ, ਅਸੀਂ ਲੋਕ ਬੜਾ ਗੁਰਵਾਲੀ ਵੀ ਸੁਣਾ ਦਾਂਗੇ, ਅਤੇ ਇਹ ਪਹਿਲੇ ਚਾਂਸ ਸਨ ਲੇਟੈਸਟ ਰਾਤੀ 'ਚ। ਹੁਣ ਤਾਂ ਕਿਉਂਕਿ ਉਹ ਖੇਡਾਂ ਹੀ ਨਹੀਂ ਰਹੀਆਂ, ਅਸੀਂ ਕਿੰਨਾ ਖੇਡਦੇ ਸੀ ਅੱਡੀ ਟੱਪਾ ਵਗੈਰਾ, ਤਾਂ ਉਹ ਇੱਕ ਦੋ ਖੇਡਾਂ ਪਿੱਛੇ ਮੈਨੂੰ ਯਾਦ ਆ ਰਹੀਆਂ ਸਨ। ਖੇਡਾਂ ਬਨਾਮ ਜ਼ਿੰਦਗੀ, ਬਾਲ ਉਮਰੇ ਖੇਡਿਆ ਕਰਦੇ ਕਈ ਖੇਡਾਂ, ਖੇਡਾਂ ਦੇ ਲੁਕਵੇਂ ਅਰਥਾਂ ਤੋਂ ਅਣਜਾਣ। ਬਹੁਤ ਬਾਅਦ 'ਚੋਂ ਪਤਾ ਚੱਲਿਆ ਸੀ ਇਹਨਾਂ ਸਭ ਦੇ ਪਿੱਛੇ ਇੱਕ ਹਿਸਟਰੀ ਹੈ, ਜਿਵੇਂ ਕੋਟਲਾ 'ਚ ਪਾਪੀ ਵਗੈਰਾ, ਉਹਨਾਂ 'ਤੇ ਵੀ ਮੈਂ ਕੰਮ ਕੀਤਾ। ਖੇਡਿਆ ਕਰਦੇ ਕਈ ਖੇਡਾਂ, ਖੇਡਾਂ ਦੇ ਲੁਕਵੇਂ ਅਰਥਾਂ ਤੋਂ ਅਣਜਾਣ, ਅਹਿਮੀਅਤ ਤੋਂ ਨਾਵਾਕਫ, ਖੇਡਦੇ ਖੇਡਦੇ ਭੁੱਲ ਜਾਂਦੇ ਵੇਲਾ ਕੁਵੇਲਾ, ਥਾਂ ਕੁਥਾਂ, ਢਿੱਲ ਹੋਣ 'ਤੇ ਘਰਦਿਆਂ ਤੋਂ ਪੈਣ ਵਾਲੀ ਝਾੜ ਫਟਕਾਰ। ਮਿੱਤਰ ਬੇਲੀਆਂ ਦਾ ਸੰਗ ਸਾਥ ਮਾਣਦੇ ਵੇਲ ਦਾ ਆਹਰ ਬਣਾਉਂਦੇ, ਆਰਜ਼ਾਂ ਨੂੰ ਮਰਜ਼ੀ ਨਾਲ ਜਿਉਂਦੇ ਹੰਡਾਉਂਦੇ,
ਖੇਡਦੇ ਸਾਂ ਕਈ ਕਈ ਖੇਡਾਂ। ਟਿੱਪੀ ਟਿੱਪੀ ਟੈਪ ਖੇਡਦਿਆਂ, ਟਿੱਪੀ ਟਿੱਪੀ ਟੈਪ ਖੇਡਦਿਆਂ ਦਾਈ ਦੇਣ ਵਾਲੇ ਦੀ ਪੁੱਛ ਸਾਵੇਂ, ਉਹੀ ਰੰਗ ਚੁਣਦੇ ਅੱਖਾਂ ਸਾਵੇਂ, ਪਹੁੰਚ ਦੀ ਫੜਾਈ 'ਚ ਜੂ ਹੁੰਦੇ। ਅੱਖਾਂ ਸਾਵੇਂ ਪਹੁੰਚ ਦੀ ਫੜਾਈ 'ਚ ਜੂ ਹੁੰਦੇ, ਆਪਾਂ ਉਹੀ ਰੰਗ ਚੁਣਦੇ ਦਾਵੀ ਤੋਂ ਬਚਣ ਲਈ ਦੌੜ ਕੇ ਜਾਂਦੇ ਛੋਹਣ ਨੂੰ ਉਹ ਰੰਗ, ਮੰਗੇ ਰੰਗ ਨੂੰ ਛੋਹਣ ਨਾਲ ਹੀ ਖੀਵੇ ਹੋ ਜਾਂਦੇ। ਜੇਤੂ ਮੁਦਰਾ 'ਚ ਮਿੱਟੀ ਦੇ ਰਹੇ ਸਾਥੀ ਵੱਲ ਤੱਕਦੇ, ਜੇਤੂ ਮੁਦਰਾ 'ਚ ਮਿੱਟੀ ਦੇ ਰਹੇ ਸਾਥੀ ਵੱਲ ਤੱਕਦੇ, ਕੱਲੀ ਜੋਟਾ ਖੇਡਦੇ ਮੁੱਠੀਆਂ 'ਚ ਗੀਟੇ ਗੋਟੀਆਂ ਕੁੱਟਦੇ, ਇੱਕ ਦੂਜੇ ਤੋਂ ਪੁੱਛਦੇ ਕੱਲੀ ਕੀ ਜੋਟਾ, ਇੱਕ ਦੂਜੇ ਤੋਂ ਪੁੱਛਦੇ ਕੱਲੀ ਕੀ ਜੋਟਾ, ਗਲਤ ਜਵਾਬ ਮਿਲਣ 'ਤੇ ਮੁੱਠੀ ਖੋਲ ਚਖਾਉਂਦੇ ਚੜਾਉਂਦੇ, ਗੋਟੀਆਂ ਆਪਣੇ ਹੱਥੋਂ ਬਾਹਰ ਨਾ ਜਾਣ ਦੀ ਜਿੱਤ ਦਾ ਜਸ਼ਨ ਕਰਦੇ ਦੰਦੀਆਂ ਕੱਢਦੇ। ਸਾਵੇਂ ਬੈਠਾ ਹਮ ਖਿਡਾਰੀ, ਸਾਵੇਂ ਬੈਠਾ ਹਮ ਖਿਡਾਰੀ, ਜੇ ਬੁੱਝ ਲੈਂਦਾ ਕਦੇ ਮੁੱਠੀ 'ਚ ਨਪੀੜਿਆ ਸੱਚ, ਸਾਵੇਂ ਬੈਠਾ ਹਮ ਖਿਡਾਰੀ, ਜੇ ਬੁੱਝ ਲੈਂਦਾ ਕਦੇ ਮੁੱਠੀ 'ਚ ਨਪੀੜਿਆ ਸਾਡਾ ਸੱਚ, ਵਸੋਂ ਦੁਨੀਆ ਜਾਂਦੀ ਦੀ ਨਿਰਾਸਤਾ ਲਏ ਮਲਕੜੇ, ਜੇ ਉਸ ਵੱਲ ਸਰਕਾ ਦਿੰਦੇ ਗੋਟੀਆਂ ਦਾ ਬੇਸ਼ਕੀਮਤੀ ਖਜ਼ਾਨਾ, ਮਲਕੜੇ ਜੇ ਉਸ ਵੱਲ ਸਰਕਾ ਦਿੰਦੇ ਗੋਟੀਆਂ ਦੀ ਬੇਸ਼ਕੀਮਤੀ ਮਲਕੀਅਤ। ਸਿਆਣੇ ਹੋਏ, ਸਿਆਣੇ ਹੋਏ, ਖੇਡਾਂ ਦੇ ਜਾਵੀਏ ਹੋਰ ਦੇ ਹੋਰ ਹੋ ਗਏ, ਸਿਆਣੇ ਹੋਏ, ਖੇਡਾਂ ਦੇ ਜਾਵੀਏ ਹੋਰ ਦੇ ਹੋਰ ਹੋ ਗਏ, ਰੰਗਾਂ ਸੋਚਾਂ ਲੋਚਾਂ ਦੇ ਪੈਮਾਨੇ ਵੀ ਬਦਲ ਗਏ, ਮੰਗਾਂ ਸੋਚਾਂ ਲੋਚਾਂ ਦੇ ਪੈਮਾਨੇ ਵੀ ਬਦਲ ਗਏ, ਮਿਲਦੇ ਹਨ ਕਈ ਕਈ ਵੇਰ ਰੰਗ ਵੰਨ ਸਵੰਨੇ, ਮਿਲਦੇ ਹਨ ਕਈ ਵੇਰ ਕਈ ਕਈ ਵੇਰ ਰੰਗ ਵੰਨ ਸਵੰਨੇ, ਉਹਨਾਂ ਰੰਗਾਂ 'ਚ ਰੰਗਣ ਨੂੰ ਚਿੱਤ ਨਹੀਂ ਕਰਦਾ, ਉਹਨਾਂ ਰੰਗਾਂ 'ਚ ਰੰਗਣ ਨੂੰ ਚਿੱਤ ਨਹੀਂ ਹੁੰਦਾ, ਦੌੜਦੇ ਹਾਂ ਮਨ ਚਾਹੇ ਰੰਗਾਂ ਪਿੱਛੇ, ਦੌੜਦੇ ਹਾਂ ਮਨ ਚਾਹੇ ਰੰਗਾਂ ਪਿੱਛੇ, ਜੋ ਕਦੇ ਹਾਸਿਲ ਨਹੀਂ ਬਣਦੇ। ਭੁੱਲਰ ਸਾਹਿਬ ਦੀ ਗੱਲ, ਉਹ ਨਹੀਂ ਹੁੰਦੇ ਸਾਡੇ ਕੋਲ, ਜੋਟੇ ਨਾਲ ਤੁਰਦਿਆਂ ਵੀ ਇਕੱਲੇ, ਜੋਟੇ ਨਾਲ ਤੁਰਦਿਆਂ ਵੀ ਇਕੱਲੇ, ਇਕੱਲੇ ਤੁਰਦਿਆਂ ਵੀ ਜੋਟੇ ਦੀਆਂ ਨਸੀਹਤਾਂ ਬੰਦਿਸ਼ਾਂ ਨਹੀਂ ਰਹਿਣ ਦਿੰਦੀਆਂ ਨੇ ਇਕੱਲਾ, ਜੋਟੇ ਨਾਲ ਤੁਰਦਿਆਂ ਵੀ ਇਕੱਲੇ, ਇਕੱਲੇ ਤੁਰਦਿਆਂ ਵੀ ਜੋਟੇ ਦੀਆਂ ਨਸੀਹਤਾਂ ਬੰਦਿਸ਼ਾਂ ਨਹੀਂ ਰਹਿਣ ਦਿੰਦੀਆਂ ਨੇ ਇਕੱਲਿਆਂ, ਗੁਆਚਦੇ ਜਾ ਰਹੇ ਹਾਂ ਇਸ ਇਕੱਲੀ ਜੋਟੇ ਦੇ ਅੜਿੱਕਿਆਂ 'ਚ, ਗੁਆਚਦੇ ਜਾ ਰਹੇ ਹਾਂ ਇਸ ਇਕੱਲੀ ਜੋਟੇ ਦੇ ਅੜਿੱਕਿਆਂ 'ਚ, ਰੰਗਾਂ ਦੇ ਖਲ ਜਗਨ 'ਚ ਭੈ ਪੀਤ ਹੋਏ ਤੋਖਲਿਆਂ 'ਚ ਗੁਆਚੇ, ਅੱਗਾ ਪਿੱਛਾ ਚਾਕੇ ਬਗੈਰ ਸਿਰ ਨਿਵਾਈ ਨਸਰੇ ਆਪਣੀ ਹੀ ਧੁਨੇ 'ਚ, ਖਬਰੇ ਕੌਣ ਹੈ ਜੋ ਸਾਡੇ ਪਿੱਛੇ ਪਿੱਛੇ ਪਰਛਾਵਿਆਂ ਹਾਰ ਨਸਰਿਆ ਲਗਾਤਾਰ, ਖਬਰੇ ਕੌਣ ਹੈ ਜੋ ਸਾਡੇ ਪਿੱਛੇ ਪਿੱਛੇ ਪਰਛਾਵਿਆਂ ਹਾਰ ਨਸਰਿਆ ਲਗਾਤਾਰ, ਵੇਖਣਾ ਨੇ ਉਸ ਪਾਸੇ ਨੂੰ ਮੁੜਨਾ ਨੇ ਪਿਛਾਂ ਨੂੰ, ਉਸ ਕੋਟਲੇ, ਕੋਟਲੇ ਕਹਿੰਦੇ ਕੋਰੜੇ ਦਾ ਹੀ ਵਿਗੜਿਆ ਰੂਪ ਏ, ਉਸ ਕੋਟਲੇ ਨੂੰ ਫੜੇ ਦੈਂਤ ਨੇ ਸ਼ਾਮਤ ਲੈ ਆਉਣੀ ਏ, ਉਸ ਕੋਟਲੇ ਨੂੰ ਫੜੇ ਦੈਂਤ ਨੇ ਸ਼ਾਮਤ ਲੈ ਆਉਣੀ ਏ, ਵੇਖਣਾ ਨੀ ਉਸ ਪਾਸੇ ਨੂੰ ਮੁੜਨਾ ਨੀ ਪਿਛਾਂ ਨੂੰ, ਅਥਾਂ ਬੇਸਮਝੀ ਖੁਸ਼ੀਆਂ ਭਰੀਆਂ ਬਚਪਨ ਦੀਆਂ ਖੇਡਾਂ, ਅਥਾਂ ਬੇਸਮਝੀ ਖੁਸ਼ੀਆਂ ਭਰੀਆਂ, ਅੱਜ ਉਹਨਾਂ 'ਚ ਕਿਰੇ ਅਸਲ ਮਾਇਨੇ ਤਾਂ ਜਾਣ ਗਏ ਹਾਂ, ਪਰ ਗੁਆ ਬੈਠਿਆਂ ਇਹਨਾਂ ਦੇ ਸਰੋਕਾਰ ਉਹਨਾਂ ਖੇਡਾਂ ਖੇਡਿਆਂ ਦਾ ਅਥਾ ਸੰਸਾਰ, ਗੁਆ ਬੈਠਿਆਂ। ਐਕਚੁਲੀ ਕਈ ਅਨੁਭਵ ਐਸੇ ਹੁੰਦੇ ਨੇ ਜਿਹੜੇ, ਮਤਲਬ ਉਸ ਵੇਲੇ ਦੇ ਹਾਲਾਤ ਜਿਹੜੇ ਹੁੰਦੇ ਨੇ, ਮੇਰੀ ਨੌਕਰੀ ਦੇ ਦੌਰਾਨ ਜੋ ਕੁਛ ਮੈਸਿਆ ਉਹ ਇਹਨਾਂ ਕਵਿਤਾਵਾਂ 'ਚ, ਇੱਕ ਹਲਕੀ ਜਿਹੀ ਕਵਿਤਾ ਪਰ ਜ਼ਿੰਦਗੀ ਦਾ ਸੱਚ ਹੈ। ਜਿਨ੍ਹਾਂ ਨੇ ਵੀ ਖੋਜ ਕਾਰਜ ਕੀਤਾ, ਪਾਲ ਕੌਰ ਗਈ, ਜਿਹੜੇ PhD ਦੇ ਜਿਹੜੇ ਸਾਡੇ ਜਿਹੜੇ ਮਾਪਦੰਡ ਬਣ ਗਏ ਸੀ, ਹੁਣ ਤਾਂ ਬੜਾ ਫਰਕ ਆ ਗਿਆ, ਇੱਕ ਫੋਰਮੈਲਿਟੀ ਜਿਹੀ ਹੁੰਦੀ ਸੀ ਕਿਤਾਬਾਂ ਪੜ੍ਹਨ ਦੀ ਵੀ,
ਉਹ ਕੀ ਹੈ, ਉਸ ਤੋਂ ਬਾਅਦ ਜਿਹੜਾ ਅਨੁਭਵ ਹੈ ਉਹ ਕੀ ਹੈ, ਇੱਕ ਹੋਰ ਖੋਜ ਕਾਰਜ। ਵਰ੍ਹਿਆਂ ਪਹਿਲੇ ਅਕਾਦਮਿਕ ਯੋਗਤਾ ਲਈ ਸ਼ੋਧ ਕਾਰਜ ਆਰੰਭਿਆ ਸੀ ਚੁਣਿਆ ਸੀ ਇੱਕ ਵਿਸ਼ਾ ਨਹੀਂ, ਸੱਚ ਇਮਾਨ ਦੀ ਗੱਲ ਤਾਂ ਇਹ ਹੈ, ਇਹ ਚੋਣ ਮੇਰੀ ਨਹੀਂ ਸੀ ਸੁਝਾਇਆ ਗਿਆ ਸੀ ਗੁਰੂ ਵੱਲੋਂ ਕਵਿਤਾ ਵੱਲ ਮੇਰਾ ਰੁਝਾਨ ਵੇਖ ਪੜ੍ਹੀਆਂ ਸਨ ਮੈਂ ਕਈ ਕਿਤਾਬਾਂ ਉਸ ਵਿਸ਼ੇ ਨੂੰ ਜਾਣਨ ਸਮਝਣ ਲਈ ਨਹੀਂ ਸੱਚ ਇਮਾਨ ਦੀ ਗੱਲ ਤਾਂ ਇਹ ਹੈ ਉਸ ਤੋਂ ਵੀ ਜ਼ਿਆਦਾ ਉਹਨਾਂ ਦੀਆਂ ਟੂਕਾਂ ਦੇਣ ਲਈ ਆਮ ਲੋਕਾਂ 'ਤੇ ਵਿਦਵਤਾ ਦਾ ਪ੍ਰਭਾਵ ਪਾਉਣ ਲਈ ਡਿਗਰੀ ਲਈ ਯੋਗ ਉਮੀਦਵਾਰ ਰਖਵਾਉਣ ਲਈ ਪੜ੍ਹੀਆਂ ਸਨ ਮੈਂ ਕਈ ਕਿਤਾਬਾਂ ਉਸ ਵਿਸ਼ੇ ਨੂੰ ਜਾਣਨ ਸਮਝਣ ਲਈ ਨਹੀਂ ਸੱਚ ਇਮਾਨ ਦੀ ਗੱਲ ਤਾਂ ਇਹ ਹੈ ਉਸ ਤੋਂ ਵੀ ਜ਼ਿਆਦਾ ਉਹਨਾਂ ਦੀਆਂ ਟੂਕਾਂ ਦੇਣ ਲਈ ਆਮ ਲੋਕਾਂ 'ਤੇ ਵਿਦਵਤਾ ਦਾ ਪ੍ਰਭਾਵ ਪਾਉਣ ਲਈ ਡਿਗਰੀ ਲਈ ਯੋਗ ਉਮੀਦਵਾਰ ਰਖਵਾਉਣ ਲਈ ਪੜ੍ਹੀਆਂ ਸਨ ਕਈ ਕਿਤਾਬਾਂ ਕੁਝ ਪੂਰੀਆਂ ਕੁਛ ਅੱਧ ਅਧੂਰੀਆਂ ਕੁਛ ਦੇ ਸਿਰਫ ਨਾਂ ਕੋਟ ਕਰਨੇ ਹੁੰਦੇ ਨੇ ਤੇ ਕੁਛ ਦੇ ਵਿਚਾਲਿਓਂ ਆਪਣੀ ਲੋੜ ਦੀਆਂ ਸਤਰਾਂ ਕੋਟ ਕਰਨ ਲਈ ਪੜ੍ਹੀਆਂ ਸਨ ਕਈ ਕਿਤਾਬਾਂ ਇਹ ਉਦੋਂ ਜਦੋਂ ਸ਼ੋਧ ਕਾਰਜ ਕੀਤਾ ਸੀ ਹੁਣ ਦੂਜੇ ਸ਼ੋਧ ਕਾਰਜ ਵੇਲੇ ਕੀ ਹੁੰਦਾ ਪਰ ਹੁਣ ਪੜ੍ਹਿਆ ਨਹੀਂ ਗੁੜਿਆ ਹੈ ਜਾਣਿਆ ਨਹੀਂ ਸਮਝਿਆ ਹੈ ਪੜਤਾਲਿਆ ਨਹੀਂ ਕੋਖਿਆ ਹੈ ਜੀਵਿਆ ਨਹੀਂ ਸੋਖਿਆ ਹੈ ਅੱਜ ਮੈਂ ਆਪ ਪੂਰੇ ਦਾ ਪੂਰਾ ਪ੍ਰਗੀਤ ਹੋਈ ਉਸ ਤ੍ਰੈ ਅੰਗੀ ਸੰਰਚਨਾ ਨੂੰ ਸਮਝਣ ਉਹਦੇ ਅਰਥਾਂ ਦੇ ਨੇੜੇ ਪਹੁੰਚਣ ਦੇ ਕਾਬਲ ਹੋਈ ਪ੍ਰਤੱਖਣ ਭਾਵਨ ਅਤੇ ਸਰੰਸ਼ ਤੱਕ ਪਹੁੰਚੀ ਜੋ ਉਹਦੇ ਤਿੰਨ ਹੈ ਨੇ ਪੜਾ ਇੱਕ ਵੇਰ ਮੁੜ ਤੋਂ ਆਪਣੇ ਗੁਰਦੇਵ ਨੂੰ ਨਮਸਕਾਰ ਕਰ ਰਹੀ ਜਿਸ ਕਿਤਾਬੀ ਗਿਆਨ ਵਰ੍ਹਿਆਂ ਪਹਿਲੇ ਦਿੱਤਾ ਸੀ ਦੁਨਿਆਵੀ ਗਿਆਨ ਦਾ ਵੀ ਹੁਣ ਉਦਾਤਾ ਹੋਇਆ ਹਜ਼ਾਰ ਜਾਨ ਤੋਂ ਸੱਜਦਾ ਜਿਸ ਦੀ ਇਸ ਮਿਹਰਬਾਨੀ ਸਦਕਾ ਮੈਂ ਮੱਥੇ ਸ਼ਿਵ ਦਾ ਤੀਜਾ ਨੇਤਰ ਖੁੱਲ੍ਹਦੇ ਵੇਖਿਆ ਆਪਣੀਆਂ ਅੱਖਾਂ 'ਚੋਂ ਵਿਸ਼ਵਾਸ ਦਾ ਸਮੁੰਦਰ ਹੇਠਾਂ ਡੁੱਲਦੇ ਵੇਖਿਆ ਮੈਂ ਭਿੱਜਣਾ ਹੈ ਸ਼ੈਦਾਈ ਹਾਂ ਵਗਦੇ ਪਾਣੀਆਂ ਦੀ ਵਰਦੀਆਂ ਮੀਂਹ ਦੀਆਂ ਕਣੀਆਂ ਦੀ ਮੌਨਸੂਨ ਦੀ ਪਹਿਲੀ ਬੂੰਦ ਦਾ ਸਪਰਸ਼ ਲਰਜਾ ਦਿੰਦਾ ਹੈ ਮੇਰੇ ਤਨ ਮਨ ਨੂੰ ਭਿੱਜਦੀ ਰਹੀ ਹਾਂ ਬਚਪਨ ਤੋਂ ਹਰ ਪਹਿਲੀ ਵਾਛੜ ਦੇ ਨਾਲ ਅਜੇ ਵੀ ਭਿੱਜਦੀ ਹਾਂ ਕਈ ਵਾਰ ਸਰਸ਼ਾਰ ਹੁੰਦੀਆਂ ਲਗਾਤਾਰ ਜਦ ਵੀ ਮੌਨਸੂਨ ਆਸੱਦਾ ਦਿੰਦਾ ਹੈ ਮਨ ਅੰਤਰ ਤੀਕ ਮੇਰੇ ਪਿੰਡੇ ਨੂੰ ਲੂੰਹਦਾ ਹੈ ਭਿੱਜੀ ਸਾਂ ਉਦੋਂ ਵੀ ਉਸ ਲਗਾਤਾਰ ਪੈਂਦੀ ਝੜੀ 'ਚ ਨਹਾਉਂਦੀ ਮੈਂ ਥਰ ਥਰ ਕੰਬ ਰਹੀ ਇਸ ਕੰਬਣੀ ਵਿੱਚ ਇੱਕ ਚਰਨੋਟ ਲੁਕੀ ਆਲਾ ਦੁਆਲਾ ਕੁਝ ਨਾ ਲੁਕੋ ਸਕਣ ਵਾਲੀ ਮਹਿਸੂਸਣੀ ਸੀ ਸਭ ਕੁਝ ਪਾਰਦਰਸ਼ੀ ਗਿੱਲੇ ਕੱਪੜਿਆਂ ਹੇਠ ਜਿਸਮ ਝਲਕਦਾ ਭਿੱਜੇ ਜਿਸਮ ਹੇਠ ਰੂਹ ਲਿਸ਼ਕਦੀ ਨਾ ਖੌਫ ਸੀ ਉਦੋਂ ਕੋਈ
ਨਾ ਪੈ ਪੀਸਾਂ ਕਿਸੇ ਤੋਂ, ਨਾ ਹੀ ਕੋਈ ਸੰਸਾ ਨਾ ਫਿਕਰ ਅੱਗੇ ਦੀ। ਨਾ ਖੌਫ ਸੀ ਉਦੋਂ ਕੋਈ, ਨਾ ਪੈ ਪੀਸਾਂ ਕਿਸੇ ਤੋਂ, ਨਾ ਹੀ ਕੋਈ ਸੰਸਾ ਨਾ ਫਿਕਰ ਅੱਗੇ ਦੀ। ਭਿੱਜਦੀ ਰਹੀ ਹੋ ਮੈਂ ਸਾਲਮ ਸਬੂਤ ਸਾਲ ਦਰ ਸਾਲ, ਭਿੱਜਦੀ ਰਹੀ ਹੋ ਮੈਂ ਸਾਲਮ ਸਬੂਤ ਸਾਲ ਦਰ ਸਾਲ, ਪਰ ਇਹ ਵੀ ਖਿਆਲ ਰਿਹਾ ਨਾਲ ਦੇ ਨਾਲ, ਹਰ ਵਾਰ ਭਿੱਜ ਭਿੱਜ ਕੇ ਵੀ ਸੁੱਕੇ ਬਰੇਤੀਆਂ 'ਚ ਹੀ ਰਹਿ ਜਾਂਦੀ ਰਹੀ ਆਖਿਰਕਾਰ। ਹਰ ਵਾਰ ਭਿੱਜ ਭਿੱਜ ਕੇ ਵੀ ਸੁੱਕੇ ਬਰੇਤੀਆਂ 'ਚ ਹੀ ਰਹਿ ਜਾਂਦੀ ਰਹੀ ਆਖਿਰਕਾਰ। ਉਸ ਮੋਹ ਤੋਂ ਭਿੱਜ ਬੰਦੇ ਨੇ, ਉਸ ਮੋਹ ਤੋਂ ਭਿੱਜ ਬੰਦੇ ਨੇ ਮੇਰਾ ਅੰਦਰਲਾ ਸੁਕਾਉਣਾ ਚਾਹਿਆ ਕਈ ਵਾਰ। ਉਸ ਮੋਹ ਤੋਂ ਭਿੱਜ ਬੰਦੇ ਨੇ ਮੇਰਾ ਅੰਦਰਲਾ ਸੁਕਾਉਣਾ ਚਾਹਿਆ ਕਈ ਵਾਰ, ਪਰ ਓੜ ਮੇਰੇ ਜਿਸਮ ਨੂੰ ਲਾਉਂਦੀ ਰਹੀ, ਪਰ ਓੜ ਮੇਰੇ ਜਿਸਮ ਨੂੰ ਲਾਉਂਦੀ ਰਹੀ, ਅੰਦਰ ਸ਼ਦੀਦ ਚਸ਼ਮੇ ਮੇਰੀ ਰੂਹ ਨੂੰ ਇਸ਼ਨਾਉਂਦੇ ਰਹੇ। ਅੱਜ ਉਮਰਾਂ ਦੇ ਗੇੜ ਨੇ ਜਿਸਮ ਕਰ ਦਿੱਤਾ ਸਿੱਥਲ, ਦੇਹੀ ਨਹੀਂ ਸਹਿੰਦੀ ਹੁਣ ਇੱਕ ਵੀ ਕਣੀ ਦਾ ਛਿੱਟਾ, ਦੇਹੀ ਨਹੀਂ ਸਹਿੰਦੀ ਹੁਣ ਇੱਕ ਵੀ ਕਣੀ ਦਾ ਛਿੱਟਾ, ਪਰ ਮਨ ਹੈ ਕਿ ਹਾਲੇ ਵੀ ਭਿੱਜਣਾ ਚਾਹੁੰਦਾ, ਪਰ ਮਨ ਹੈ ਕਿ ਹਾਲੇ ਵੀ ਭਿੱਜਣਾ ਚਾਹੁੰਦਾ ਹੈ। ਕਿਣ ਮਿਣ ਹੋਵੇ ਜਾਂ ਨਾ ਹੋਵੇ, ਵਾਛੜ ਤੁਰ ਜਾਏ ਨਾਲ ਦੀ ਗਲੀ ਤੋਂ ਹੋ ਕੇ, ਕਿਣ ਮਿਣ ਹੋਵੇ ਜਾਂ ਨਾ ਹੋਵੇ, ਵਾਛੜ ਤੁਰ ਜਾਏ ਨਾਲ ਦੀ ਗਲੀ ਤੋਂ ਹੋ ਕੇ, ਫੁਹਾਰ ਨਾ ਦੇਵੇ ਮੇਰੇ ਵਿਹੜੇ ਨੂੰ ਤਰੋਕਾ, ਪਰ ਅੰਦਰ ਬਾਹਰ ਫਿਰ ਵੀ ਜਾਂਦਾ ਤੋਤਾ, ਫੁਹਾਰ ਨਾ ਦੇਵੇ ਮੇਰੇ ਵਿਹੜੇ ਨੂੰ ਤਰੋਕਾ, ਪਰ ਅੰਦਰ ਬਾਹਰ ਫਿਰ ਵੀ ਜਾਂਦਾ ਹੈ ਤੋਤਾ, ਕਿਉਂਕਿ ਮੈਂ ਤਾਂ ਭਿੱਜਣਾ ਹੀ ਹੈ। ਉਹਦਾ ਮਾਦਕ ਸੰਗੀਤ ਸੁਰ ਸੁਣ ਕੇ ਮੈਂ ਤਾਂ ਭਿੱਜਣਾ ਹੀ ਹੈ, ਹਰ ਹਾਲ ਹਰ ਹੀਲੇ ਮੈਂ ਤਾਂ ਭਿੱਜਣਾ ਹੀ ਹੈ। ਅੱਛਾ, ਤੁਹਾਨੂੰ ਮੁਹੱਬਤ ਦੀ ਨਜ਼ਮ ਸੁਣਾਉਣ ਲਈ ਕਿਹਾ ਗਿਆ ਸੀ, ਪਰ ਇਹਦੇ ਵਿੱਚ ਰੇਤ ਤੇ ਪਿਆਸ ਇੰਨੀ ਡੂੰਘਾ ਕਿਉਂ ਉਤਰ ਗਈ? ਜ਼ਰੂਰੀ ਨਹੀਂ ਨਾ ਜਿਸ ਸ਼ਿੱਦਤ ਨਾਲ ਮੈਂ ਚਾਹਿਆ ਦੂਜੇ ਨੇ ਚਾਹਿਆ ਹੋਏ, ਗੱਲ ਤਾਂ ਆਪਣੇ ਮਨ ਦੀ ਅਵਸਥਾ ਹੈ, ਨਾਲੇ ਉਸ ਸਮੇਂ ਦੀ ਅਵਸਥਾ, 20 ਸਾਲ ਦੀ ਉਮਰ ਹੁੰਦੀ ਹੈ, ਲੱਗਦਾ ਕਿ ਅਸੀਂ ਮਤਲਬ ਮੈਂ ਦੱਸਾਂ ਕਿ ਮੇਰੇ ਹਸਬੈਂਡ ਮੇਰੇ ਬੜੇ ਅੱਛੇ ਦੋਸਤ ਨੇ, ਅਤੇ ਸ਼ੁਰੂ ਜਦੋਂ ਵਿਆਹ ਹੋਇਆ ਮੈਂ ਹਰ ਗੱਲ ਬੜੇ ਮਤਲਬ ਤੁਹਾਡੇ ਇੱਕ ਸਵਾਲ ਵਿੱਚ ਮੈਂ ਲਿਖਿਆ ਹੋਇਆ, ਤੁਸੀਂ ਲਿਖਿਆ ਕੀ ਚੀਜ਼ ਅਣਮੰਨੇ ਮਨ ਨਾਲ ਕੀਤੀ ਅਤੇ ਹੁਣ ਤੱਕ ਨਿਭਾ ਰਹੇ ਹੋ, ਮੈਂ ਕਿਹਾ ਅਣਮੰਨੇ ਮਨ ਨਾਲ ਵਿਆਹ ਕੀਤਾ ਪਰ ਹੁਣ ਪੂਰੀ ਫਰਾਕ ਦਿਲੀ ਨਾਲ ਨਿਭਾ ਰਹੀ ਹਾਂ। ਅਤੇ ਜਦੋਂ ਮੈਨੂੰ ਉਹਨਾਂ ਨੂੰ ਸਭ ਕੁਛ ਮੇਰਾ ਪਤਾ ਹੈ, ਅਤੇ ਆਦਤ ਹੈ ਮੇਰੀ ਬੜਬੋਲੀਆਂ ਕੁਛ ਵੀ ਕਹਿ ਦਿੰਦੀਆਂ, ਅਤੇ ਇੱਕ ਦਿਨ ਖੁਸ਼ਵੰਤ ਸਿੰਘ ਨੂੰ ਪੜ੍ਹਦੇ ਹੋਏ ਖੁਸ਼ਵੰਤ ਸਿੰਘ ਨੇ ਲਿਖਿਆ ਸੀ ਕਿ ਮੇਰੇ ਉਹਨਾਂ ਨੇ ਕੁਛ ਪੁੱਛਿਆ ਕਿ ਤੇਰੇ ਮਨ ਦੀ ਕੀ ਹਸਰਤ ਹੈ ਆਖਰੀ, ਕਹਿੰਦਾ ਮੇਰੀ ਹਸਰਤ ਜਿਵੇਂ ਕਿਸੇ ਨੇ ਮੈਂ ਸ਼ਿੱਦਤ ਨਾਲ ਚਾਹਿਆ ਸੀ ਨਾ, ਉਵੇਂ ਕੋਈ ਮੈਨੂੰ ਵੀ ਸ਼ਿੱਦਤ ਨਾਲ ਚਾਹੇ। ਮੈਂ ਨਾ ਇੰਝ ਹੀ ਕਹਿ ਦਿੱਤਾ, ਹਸਬੈਂਡ ਕਹਿੰਦਾ ਬਾਕੀ ਸਭ ਠੀਕ ਹੈ, ਕਿਸੇ ਦਿਨ ਮੇਰਾ ਹਾਰਟ ਅਟੈਕ ਆ। ਸੋ ਗੱਲ ਇਹ ਵੀ ਕਿ ਤੁਹਾਡੇ ਪਾਸੋਂ ਹੈ ਦੂਜੇ ਪਾਸੋਂ ਨਹੀਂ, ਤੇ ਉਹ ਕੀ ਹੈ ਤੁਹਾਨੂੰ ਅੰਦਰ ਤਿੜਕਾਉਂਦਾ ਹੈ, ਇਹ ਕੁਛ ਤਿੜਕਦਾ ਤੇ ਹੈ ਅੰਦਰ, ਤੁਹਾਡੇ ਅੰਦਰ ਜਦੋਂ ਉਹ ਪਿਆਸ ਪੂਰੀ ਨਹੀਂ ਹੁੰਦੀ ਜਾਂ ਤੁਹਾਡਾ ਲੱਗਦਾ ਸੁੱਕਿਆ ਗਿਆ, ਤੁਸੀਂ ਉਹ ਬਾਹਰ ਨਹੀਂ ਸਕੇ, ਤੇ ਉਹ ਬਰੇਤੇ ਹੀ ਹੁੰਦੇ ਨੇ। ਹੋਰ ਕਿਸੇ ਦੋਸਤ ਨੇ ਕੋਈ ਸਵਾਲ ਕਰਨਾ? ਜਿਵੇਂ ਕਹਿੰਦੇ ਹੁੰਦੇ ਨੇ ਵੋਟ ਦੇ ਥੱਲੇ ਜਿਹੜੇ ਕੋਈ ਬੂਟੇ ਦਰਖਤ ਉੱਗਦਾ ਤਾਂ ਬਹੁਤਾ ਵਿਕਸ ਨਹੀਂ ਸਕਦਾ। ਤੁਸੀਂ ਅੰਮ੍ਰਿਤਾ ਦੇ ਸਾਏ ਹੇਠ ਰਹੇ ਬਹੁਤ ਦੇਰ, ਉਹਦਾ ਉਸ ਪਰੇਸ਼ਾਨੀ ਦਾ ਤੁਹਾਨੂੰ ਲਾਈਫ ਦੇ ਵਿੱਚ ਫਾਇਦਾ ਹੋਇਆ ਲਿਟਰੇਰੀ ਤੌਰ 'ਤੇ ਜਾਂ ਕੋਈ ਨੁਕਸਾਨ ਵੀ ਹੋਇਆ? ਇੱਕ ਅੰਬੀਆ ਕੁੰਵਰ ਇੰਡੀਪੈਂਡੈਂਟ ਐਕਚੁਲੀ, ਹਾਂ ਮੈਂ ਚਾਹੇ ਬਾਹਰੀ ਤੌਰ 'ਤੇ ਨਹੀਂ ਮੈਗਜ਼ੀਨ ਵਿਕਸੀ ਸੀ, ਲੇਕਿਨ ਮੇਰਾ ਆਪਣਾ ਇੱਕ ਸਰੂਪ 'ਤੇ ਬਣ ਚੁੱਕਿਆ ਸੀ। ਇੱਕ ਕੁਸਚਨ ਇਹਨਾਂ ਨੇ ਲਿਖਿਆ ਕਿ ਤੁਸੀਂ ਕਿਸੇ ਦਾ ਪ੍ਰਭਾਵ ਉਹ ਲਿਆ ਕਿ ਯਾਨੀ ਨਹੀਂ, ਮੈਂ ਜੋ ਹਾਂ ਆਪਣੀ ਖੂਬੀਆਂ ਖਾਮੀਆਂ ਸਮੇਤ ਹਾਂ, ਮੈਂ ਕਿਸੇ ਦਾ ਉਹ ਨਾ ਲਿਆ, ਮੇਰਾ ਆਪਣਾ ਹੈਗਾ ਅੰਦਾਜ਼,
ਤੇ ਮੈਨੂੰ ਉਹਦਾ ਨੁਕਸਾਨ ਫਾਇਦਾ ਤੇ ਨਹੀਂ। ਹਾਂ, ਕਦੀ ਕਦਾਈ ਲੋਕ ਇਸ ਕਰਕੇ ਮੈਨੂੰ ਮਿਲਣਾ ਵੀ ਚਾਹੁੰਦੇ ਨੇ, ਅਚਾਨਕ ਫੇਸਬੁੱਕ ਤੇ ਲਿਖਦੇ ਨੇ, ਬੜੇ ਲੋਕ ਮਿਲਦੇ ਨੇ, ਇਹ ਮੈਂ ਫਾਇਦਾ ਦੱਸ ਰਹੀ। ਲੇਕਿਨ ਨੁਕਸਾਨ ਇਹ ਵੀ ਹੋਇਆ ਕਿ ਬੜੀ ਵਾਰੀ ਲੋਕ ਖਾਲੀ ਉੱਥੋਂ ਤੱਕ ਮੈਨੂੰ ਸੀਮਿਤ ਸਮਝ ਲੈਂਦੇ ਨੇ। ਮੈਂ ਦੇਖਿਆ ਹੁਣ ਮੈਂ 70 ਕਿਤਾਬਾਂ ਅਨੁਵਾਦ ਕੀਤੀਆਂ, ਉਹਨਾਂ 'ਚੋਂ 35 ਅੰਮ੍ਰਿਤਾ ਦੀਆਂ, ਪਰ 15 ਤੇ ਮੇਰਾ ਨਾਂ ਹੈ। ਲੇਕਿਨ ਬਾਹਰ ਨਾਲ ਲੋਕ ਇਹ ਕਹਿ ਦੇਣਗੇ ਉਹ ਖਾਲੀ ਅੰਮ੍ਰਿਤਾ ਦੀ ਕਿਤਾਬ ਅਨੁਵਾਦ ਕੀਤੀ, ਉਹਦੇ 'ਤੇ ਇਹਦਾ ਨਾਮ ਹੀ ਨਹੀਂ, ਮਤਲਬ ਅਨੁਵਾਦਕ ਨਹੀਂ ਮੰਨਦੇ। ਉਹਨਾਂ ਨੇ ਦੇਖਿਆ ਹੀ ਨਹੀਂ ਕਿ ਮੈਂ NBT ਲਈ ਵੀ ਕੀਤੀਆਂ, ਸਾਹਿਤ ਅਕੈਡਮੀ ਲਈ ਵੀ ਕੀਤੀਆਂ, ਔਰ ਬੜੇ ਵੱਡੇ ਵੱਡੇ ਮਤਲਬ ਪ੍ਰੋਜੈਕਟ ਮੈਂ ਕੀਤੇ ਨੇ, ਜਿਹੜਾ ਕਿ ਇਹ ਨੁਕਸਾਨ ਇਹ ਹੋਇਆ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਪਨਪ ਨਹੀਂ ਸਦਾ, ਲੋਕ ਪ੍ਰਭਾਵ ਵਿੱਚ ਹੀ ਇਹ ਬਣਾ ਲੈਂਦੇ, ਉਹ ਅੰਮ੍ਰਿਤਾ ਦਾ ਖਾਲੀ ਨਿੱਜੀ ਕੰਮ ਕਰਦੇ ਸੀ, ਇਹ ਵੀ ਹੁੰਦਾ। ਅੱਛਾ, ਰਚਨਾ ਦੇ ਜਦੋਂ ਤੁਸੀਂ ਕੁਛ ਲਿਖਦੇ ਹੋਗੇ ਹੈ ਨਾ, ਰਚਨਾ ਦੇ ਬੀਜ ਜਿਹੜੇ ਹੁੰਦੇ ਨੇ ਹੈ ਨਾ, ਉਹ ਤੁਹਾਨੂੰ ਕਿੰਨਾ ਕੁ ਤੰਗ ਕਰਦੇ ਨੇ, ਅਤੇ ਜਦੋਂ ਬੀਜ ਉੱਗ ਪੈਂਦੇ ਨੇ ਤਾਂ ਤੁਸੀਂ ਕਿੰਨਾ ਕੁ ਸਹਿਜ ਮਹਿਸੂਸ ਕਰਦੇ ਹੋ? ਬਹੁਤ ਤਸੱਲੀ ਹੁੰਦੀ ਮੇਰੇ, ਮਤਲਬ ਮੇਰੀ ਬੇਟੀ 11 ਸਾਲ ਬਾਅਦ ਮੇਰੀ ਜ਼ਿੰਦਗੀ 'ਚ ਆਈ ਹੈ, ਬੜੇ ਮਿਸਕੈਰੇਜਿਸ ਹੋਏ, ਮੈਂ ਕੁੱਖ ਦੀ ਵੇਦਨਾ ਸੰਵੇਦਨਾ 'ਤੇ ਕਾਫੀ ਕਵਿਤਾਵਾਂ ਲਿਖੀਆਂ, ਫਿਰ ਜਦੋਂ ਬੇਟੀ ਆਈ ਖਾਲੀ ਉਹ ਰੋਣ ਵਾਲੀਆਂ ਨਹੀਂ, ਮੈਨੂੰ ਉਹਦੀ ਜਿਹੜੀ ਖੀਵੀ ਹੋਈਆਂ ਨਿੱਕੇ ਰਾਵ ਛੋਟੇ ਰਾਵ ਜਾਂ ਦਿਵਲੀਨ, ਮੈਂ ਐਸਾਂ ਦੀ ਵੀ ਲਿਖੀਆਂ, ਅਤੇ ਉਹ ਤਸੱਲੀ ਤਾਂ ਹੁੰਦੀ ਹੈ ਜਦੋਂ ਤੁਸੀਂ ਉਹਦੇ 'ਚ ਨਹੀਂ ਲਿਖ ਪਾਉਂਦੇ। ਅਤੇ ਮੇਰੇ ਕੋਲ ਇੱਕ ਮੈਂ ਆਪਣਾ ਜਿਹੜਾ ਹੈ ਆਪਣੀ ਕਾਫੀ ਵੱਡੀ ਲਾਇਬ੍ਰੇਰੀ ਬਣਾਈ ਹੈ, ਅਤੇ ਇੱਕ ਮੇਰਾ ਪਿਆ ਹੋਇਆ ਬਾਸਕਿਟ ਜੀ, ਉਹਦੇ ਡੈਡ ਕਾਰਨਰ ਦੇ ਨਾਮ 'ਤੇ ਉਹ ਰੱਖੀਆਂ ਹੈ ਕਵਿਤਾਵਾਂ, ਜਾਂ ਜਿਹੜੇ ਅੱਧੇ ਅਧੂਰੇ ਲੇਖ ਨੇ ਕਦੀ ਕਦੀ ਫਿਰ ਉੱਠਦੇ ਹਾਂ ਦੇਖ ਲੈਂਦੇ ਹਾਂ ਅਤੇ ਉਹਦੇ 'ਚੋਂ ਲੱਭ ਲੈਂਦੇ ਹਾਂ, ਤਾਂ ਲਿਖਿਆ ਜਦ ਫਿਰ ਤਸੱਲੀ ਹੋ ਜਾਂਦੀ ਹੈ ਕਵਿਤਾ ਪੂਰੀ ਕਰ ਲਈਏ ਕੀ ਕਰ ਲਿਆ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ।